ਸਤਿ ਸ਼੍ਰੀ ਅਕਾਲ। ਅੱਜ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਕਿ ਅੱਜ ਬੜੇ ਅਮਨ ਸ਼ਾਂਤੀ ਦੇ ਨਾਲ ਜਿਹੜਾ ਉਹਨਾਂ ਨੇ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣਾ ਫੈਸਲਾ ਸੁਣਾਇਆ ਹੈ, ਪੰਜਾਬ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ, ਪੰਜਾਬ ਦੇ ਹਾਲਾਤ ਨੂੰ ਸਾਹਮਣੇ ਰੱਖ ਕੇ ਉਹਦੇ ਵਾਸਤੇ ਉਹ ਵਧਾਈ ਦੇ ਪਾਤਰ ਹੈ। ਅਤੇ ਮੈਂ ਵਧਾਈ ਦਿੰਦਾ ਕਾਂਗਰਸ ਦੇ ਸਾਰੇ ਵਰਕਰ ਸਾਹਿਬਾਨ ਨੂੰ ਜਿਨ੍ਹਾਂ ਨੇ ਡਟ ਕੇ ਕਾਂਗਰਸ ਪਾਰਟੀ ਦੀ ਪੋਲਿਸੀਜ਼, ਕੈਪਟਨ ਅਮਰਿੰਦਰ ਸਿੰਘ ਜੀ ਦੀ ਪੋਲਿਸੀਜ਼ ਨੂੰ ਲੈ ਕੇ ਸਾਰੇ ਲੋਕਾਂ ਤਾਈਂ ਗਏ, ਉਹਨਾਂ ਨਾਲ ਕਾਂਗਰਸ ਦਾ ਵਿਚਾਰ ਸਾਂਝਾ ਕੀਤਾ, ਕਾਂਗਰਸ ਦੀ ਕਾਰਿਆਸ਼ੈਲੀ ਨੂੰ ਲੈ ਕੇ ਜਿਹੜੇ ਪੰਜਾਬ ਦੇ ਹਾਲਾਤ ਸੀ ਉਹਨਾਂ ਦੇ ਨਾਲ ਉਹਨਾਂ ਨਾਲ ਚਰਚਾ ਕਰਕੇ ਆ ਜੋ ਕਾਮਯਾਬੀ ਅੱਜ ਮਿਲੀ ਹੈ, ਉਸ ਕਾਮਯਾਬੀ ਦੇ ਅਸਲ ਜਿਨ੍ਹਾਂ ਦੇ ਸਿਰ 'ਤੇ ਸਿਹਰਾ ਬੰਨਿਆ ਜਾਣਾ ਚਾਹੀਦਾ ਉਹ ਕਾਂਗਰਸ ਦੇ ਵਰਕਰ ਸਾਥੀ ਹੈ ਜਿਨ੍ਹਾਂ ਨੇ ਆ ਮਿਹਨਤ ਕਰਕੇ ਆ ਨਤੀਜਾ ਅੱਜ ਸਾਹਮਣੇ ਆਇਆ। ਜਿਹੜੇ ਅੰਕੜੇ ਹੁਣ ਤਾਂ ਹੀ ਸਾਹਮਣੇ ਆਏ ਹੈ, 7 ਕਾਰਪੋਰੇਸ਼ਨਸ ਦੇ ਨਤੀਜੇ ਆ ਚੁੱਕੇ ਹੈ, 1 ਮੋਹਾਲੀ ਕਾਰਪੋਰੇਸ਼ਨ ਦੇ ਨਤੀਜੇ ਕਿਉਂਕਿ ਉੱਥੇ ਰੀਪੋਲ ਦੀ ਵਜ੍ਹਾ ਨਾਲ ਬਾਕੀ ਪਏ ਹੈ, ਉਹ ਆਉਣੇ ਬਾਕੀ ਹੈ। 7 ਦੇ ਵਿੱਚ 7 'ਚ ਕਾਂਗਰਸ ਪਾਰਟੀ ਦੀ ਬਹੁਮਤ ਉੱਥੇ ਬਣਿਆ ਅਤੇ ਕਾਂਗਰਸ ਦੀ ਉੱਥੇ ਕਾਰਪੋਰੇਸ਼ਨ ਬਣੂਗੀ। ਬਾਕੀ ਕਰੀਬਨ 5 ਜਿਹੜੀ ਨਗਰ ਪੰਚਾਇਤ ਅਤੇ ਮਿਊਨਿਸਪਲ ਕਮੇਟੀਜ਼ ਦੇ ਇਲੈਕਸ਼ਨ ਸੀਗੇ ਉਹਨਾਂ 'ਚ 5 ਦੇ ਉੱਤੇ ਅਜੇ ਰਿਜ਼ਲਟਸ ਅਵੇਟਿਡ ਹੈਗੇ। 104 ਦੇ ਕਰੀਬ ਜਿਹੜੇ ਰਿਜ਼ਲਟ ਆਏ ਹੈ ਹੁਣ ਤਾਈਂ, ਉਹਨਾਂ 'ਚੋਂ 98 ਮਿਊਨਿਸਪਲ ਕਮੇਟੀਆਂ ਨਗਰ ਪੰਚਾਇਤਾਂ ਕਾਂਗਰਸ ਪਾਰਟੀ ਦੇ ਝੋਲੀ 'ਚ ਲੋਕਾਂ ਨੇ ਪਾਈਆਂ, 6 ਇਹੋ ਜੀ ਕਮੇਟੀਆਂ ਹੈ ਜਿਹਦੇ ਵਿੱਚ ਦੂਜੇ ਲੋਕਾਂ ਨੂੰ ਜਿਹੜੀ ਦੂਜੀ ਪਾਰਟੀਜ਼ ਹੈ ਉਹਨਾਂ ਨੂੰ ਮੌਕਾ ਲੋਕਾਂ ਨੇ ਦਿੱਤਾ। ਆਹ ਜਿਹੜੀ ਹੁੰਝਾ ਫੇਰ ਜਿੱਤ ਹੋਈ ਹੈ ਇਹਦਾ ਸ਼੍ਰੇ ਪੰਜਾਬ ਦੇ ਲੋਕਾਂ 'ਤੇ, ਪੰਜਾਬ ਦੇ ਲੋਕਾਂ ਦੀ ਸੂਝਬੂਝ 'ਤੇ, ਅਤੇ ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਕਰਕੇ ਆ ਅੱਜ ਸਾਰਾ ਕੁਝ ਸੰਭਵ ਹੋਇਆ। ਜਿਸ ਕਿਸਮ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤਰ੍ਹਾਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਪਾਰਟੀਜ਼ ਨੇ ਕੀਤੀਆਂ, ਉਹਨਾਂ ਸਾਰੀਆਂ ਗੱਲਾਂ ਨੂੰ ਪੰਜਾਬ ਦੇ ਲੋਕਾਂ ਨੇ ਸਿਰੇ ਤੋਂ ਨਕਾਰਿਆ, ਨੈਗੇਟਿਵਿਟੀ ਨੂੰ ਬਿਲਕੁਲ ਸਿਰੇ ਤੋਂ ਨਕਾਰਿਆ, ਪੰਜਾਬ ਦੇ ਪ੍ਰਤੀ ਜਿਹੜੀ ਮਾੜੀ ਸੋਚ ਹੈ ਉਹਨੂੰ ਨਕਾਰਿਆ, ਅਤੇ ਡਿਵੈਲਪਮੈਂਟ ਨੂੰ, ਪੰਜਾਬ ਦੇ ਜਿਹੜੇ ਲੋਕਲ ਮੁੱਦੇ ਸੀਗੇ ਉਹਨਾਂ ਨੂੰ ਲੈ ਕੇ, ਅਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਮੈਂ ਸ਼੍ਰੇਅ ਦੇਣਾ ਚਾਹੁੰਦਾ ਅੱਜ ਉਹ ਪੰਜਾਬ ਦੇ ਲੋਕਾਂ ਨੂੰ ਅਤੇ ਸ਼ਹਿਰੀ ਲੋਕਾਂ ਨੂੰ ਖਾਸ ਤੌਰ 'ਤੇ, ਕਿਉਂਕਿ ਆ ਸਾਰੇ ਕਮੇਟੀਜ਼ ਦੇ ਇਲੈਕਸ਼ਨ ਸੀਗੇ, ਉਹਨਾਂ ਨੇ ਪੰਜਾਬ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਈਆਂ। ਜਿੱਥੇ ਤਾਈਂ ਮੇਰੀ ਸਮਝ ਹੈ ਪੰਜਾਬ ਦੇ ਲੋਕ ਚਾਹੇ ਉਹ ਵਪਾਰੀ ਸੀਗੇ, ਚਾਹੇ ਉਹ ਖੇਤੀ ਦੇ ਕਿੱਤੇ ਨਾਲ ਡਾਇਰੈਕਟ ਨਹੀਂ ਜੁੜੇ, ਚਾਹੇ ਉਹ ਛੋਟੇ ਵਪਾਰੀ ਸੀ, ਮਜ਼ਦੂਰ ਸੀ, ਅਰਬਨ ਏਰੀਏ ਦੇ ਵਿੱਚ ਰਹਿਣ ਵਾਲੇ ਸੀ, ਨੌਜਵਾਨ ਸੀਗੇ, ਉਹਨਾਂ ਨੇ ਇੱਕ ਗੱਲ ਨੂੰ ਮੱਦੇਨਜ਼ਰ ਰੱਖਿਆ, ਉਹ ਸੀਗਾ ਪੰਜਾਬ ਦਾ ਭਵਿੱਖ। ਅਤੇ ਪੰਜਾਬ ਦਾ ਭਵਿੱਖ ਅਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੈਕਟਰ ਸੀਗਾ ਵੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਕੌਣ ਬਣਾ ਕੇ ਰੱਖ ਸਕਦਾ। ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਹਾਲਾਤ ਪੈਦਾ ਕੀਤੇ ਜਾ ਰਹੇ, ਪੰਜਾਬ ਨੂੰ ਡਿਕਲੇਅਰ ਕਰਨਾ ਚਾਹੁੰਦੇ ਸੀਗੇ ਇੱਕ ਡਿਸਟਰਬਡ ਸਟੇਟ, ਅਤੇ ਉਸ ਡਿਸਟਰਬ ਸਟੇਟ ਨੂੰ ਡਿਕਲੇਅਰ ਕਰਨ ਦੇ ਵਿੱਚ ਜਿੱਥੇ ਲੀਡ ਰੋਲ BJP ਦਾ ਰਿਹਾ, ਉਹਨਾਂ ਦੀ ਸੈਂਟਰਲ ਹਾਈ ਕਮਾਂਡ ਦਾ ਰਿਹਾ, ਕੇਂਦਰ 'ਚ ਬੈਠੀ BJP ਦੀ ਸਰਕਾਰ ਦਾ ਰਿਹਾ, ਉਹਦੇ ਵਿੱਚ ਸਪੋਰਟਿੰਗ ਕਰੈਕਟਰ ਜਿਹੜੇ ਸੀਗੇ ਉਸ ਫਿਲਮ ਦੇ ਅੰਦਰ, ਜਾਂ ਉਹਨਾਂ ਦੇ ਜਿਹੜੇ ਭਾਈਵਾਲ ਸੀ ਉਸੀ ਥੈਲੀ ਕੇ ਜੋ ਚਿੱਟੇ ਵੱਟੇ ਥੇ, ਉਹ ਸੀਗੇ ਅਕਾਲੀ ਅਤੇ ਆਮ ਆਦਮੀ ਪਾਰਟੀ। ਉਹ ਸਾਰੀਆਂ ਗੱਲਾਂ ਨੂੰ ਨਕਾਰ ਕੇ ਲੋਕਾਂ ਨੇ ਆਹ ਦੇਖਿਆ, ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮਾੜੇ ਦਿਨ ਦੇਖੇ ਹੋਏ ਹੈ ਪੰਜਾਬ ਨੇ, ਕਹਿੰਦੇ ਨੇ ਦੁੱਧ ਕਾ ਜਲਾ ਹੋਆ ਛਾਛ ਵੀ ਫੂੰਕ ਫੂੰਕ ਕੇ ਪੀਤਾ, ਜਿਨ੍ਹਾਂ ਨੇ ਪੰਜਾਬ ਦੇ ਮਾੜੇ ਦਿਨ ਦੇਖੇ ਸੀ ਆਤੰਕਵਾਦ ਦੇ ਦਿਨਾਂ ਦੇ ਵਿੱਚ, ਉਹਨਾਂ ਨੇ ਆਹ ਗੱਲ ਇੱਕ ਵਾਰੀ ਬਿਲਕੁਲ ਕਲੀਅਰ ਕਰਤੀ ਵੀ ਅਸੀਂ ਉਸ ਬੰਦੇ ਨੂੰ, ਉਸ ਲੀਡਰਸ਼ਿਪ ਨੂੰ, ਉਸ ਪਾਰਟੀ ਨੂੰ ਵੋਟਾਂ ਦੇਵਾਂਗੇ ਜਿਹੜਾ ਪੰਜਾਬ ਦੇ ਅੰਦਰ ਭਾਈਚਾਰਾ ਬਣਾ ਕੇ ਕਾਇਮ ਰੱਖ ਸਕੇ, ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬਰਕਰਾਰ ਰੱਖ ਸਕੇ,
ਤੇ ਪੰਜਾਬ ਉਸ ਅਮਨ ਸ਼ਾਂਤੀ ਦੇ ਮਾਹੌਲ 'ਚ ਤਰੱਕੀ ਕਰ ਸਕੇ। ਉਹ ਬੰਦਾ ਉਹਨਾਂ ਨੇ ਸਿਲੈਕਟ ਕੀਤਾ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ, ਉਹਨਾਂ ਦੀ ਗਵਰਨਮੈਂਟ, ਕਾਂਗਰਸ ਪਾਰਟੀ ਦੀ ਪੋਲਿਸੀਜ਼ ਨੂੰ, ਜਿਹਨੂੰ ਕਾਂਗਰਸ ਦੇ ਵਰਕਰ ਘਰ ਘਰ ਲੈ ਕੇ ਗਏ, ਉਹਨੂੰ ਲੋਕਾਂ ਨੇ ਵੋਟਾਂ ਪਾਈਆਂ ਅਤੇ ਲੋਕਾਂ ਨੇ ਕਲੀਅਰ ਮੈਸੇਜ ਇੱਕ ਦਿੱਤਾ, ਜਿਹੜਾ ਮੈਂ ਬਾਰ ਬਾਰ ਬੇਨਤੀ ਆਪਣੇ ਹਰੇਕ ਜਿੱਥੇ ਵੀ ਮੌਕਾ ਮਿਲਿਆ ਮੈਂ ਬੇਨਤੀ ਕੀਤੀ ਸੀ ਵੀ ਆਹ ਜੋ ਕੁਛ ਵੀ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ, ਚਾਹੇ ਸਾਡਾ ਇਕਨੋਮਿਕ ਬਲੋਕੇਡ ਕੀਤਾ ਗਿਆ, ਰੇਲਵੇ ਬਲੋਕੇਡ ਕੀਤਾ ਗਿਆ, ਉਹਨਾਂ ਸਾਰੀਆਂ ਦੇ ਖਿਲਾਫ ਆਪਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ, ਲੋਕਤਾਂਤਰਿਕ ਤਰੀਕੇ ਨਾਲ ਸਬਕ ਬੀਜੇਪੀ ਅਤੇ ਉਹਨਾਂ ਦੇ ਭਾਈਵਾਲ ਪਾਰਟੀਆਂ ਨੂੰ ਸਿਖਾਉਣਾ ਚਾਹੀਦਾ ਸ਼ਾਂਤੀਪੂਰਵਕ ਤਰੀਕੇ ਨਾਲ। ਉਹ ਮੈਸੇਜ ਸੀਗਾ, ਪਹਿਲਾ ਕਦਮ ਉਸ ਮਸਲੇ 'ਚ ਆ। ਮਿਊਂਸੀਪਲ ਇਲੈਕਸ਼ਨ ਦੇ ਜ਼ਰੀਏ ਬੀਜੇਪੀ ਲੀਡਰਸ਼ਿਪ ਨੂੰ ਆ ਇੱਕ ਮੈਸੇਜ ਕਲੀਅਰ ਕੱਟ ਪਹੁੰਚ ਜਾਣਾ ਚਾਹੀਦਾ, ਇੱਥੇ ਹੀ ਨਹੀਂ ਪੰਜਾਬ ਦੀ ਲੀਡਰਸ਼ਿਪ ਨੂੰ ਨਹੀਂ, ਅਸਲ ਜਿਹੜਾ ਸੁਨੇਹਾ ਦਿੱਲੀ ਲੱਗਣਾ ਚਾਹੀਦਾ। ਜੋ ਪੰਜਾਬ ਦੀ ਬਾਂਹ ਮਰੋੜ ਰਹੇ ਹੈ, ਪੰਜਾਬ ਦੇ ਨਾਲ ਧੱਕਾ ਕਰ ਰਹੇ ਹੈ, ਪੰਜਾਬ ਨੂੰ ਬਦਨਾਮ ਕਰ ਰਹੇ ਹੈ, ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹੈ, ਖਾਸ ਤੌਰ 'ਤੇ ਸਾਡਾ ਜਿਹੜਾ ਕਿਸਾਨੀ ਨਾਲ ਜੁੜਿਆ ਕਿਸਾਨ ਭਾਈਚਾਰਾ ਬੈਠਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਉਹਨਾਂ ਨੂੰ ਇੱਕ ਸੁਨੇਹਾ ਭੇਜਿਆ ਵੀ ਅੱਜ ਹਾਲਾਤ ਉਹਨਾਂ ਸ਼ਹਿਰੀ ਹਲਕਿਆਂ ਦੇ ਵਿੱਚ ਜਿਨ੍ਹਾਂ ਦੀ ਠੇਕੇਦਾਰੀ ਬੀਜੇਪੀ ਨੇ ਲੈ ਰੱਖੀ ਸੀਗੀ, ਉਹਨਾਂ ਦਾ ਸੂਪੜਾ ਸਾਫ਼ ਕਰਕੇ ਇੱਕ ਮੈਸੇਜ ਦਿੱਤਾ ਵੀ ਪੰਜਾਬ ਆਪਣਾ ਹੱਕ ਲੈਣਾ ਲੋਕਤਾਂਤਰਿਕ ਤਰੀਕੇ ਨਾਲ ਜਾਣਦਾ ਹੈ। ਅਤੇ ਅੱਜ ਚਾਹੇ ਕਹਿਣ ਨੂੰ ਇਹ ਪਾਰਟੀਆਂ ਕੁਛ ਹੀ ਕਹਿੰਦੇ ਰਹਿਣ, ਮੇਰੀ ਲੋਕਤਾਂਤਰਿਕ, ਅਦਰਵਾਈਜ਼ ਮੈਂ ਇਸ ਗੱਲ 'ਚ ਯਕੀਨ ਕਰਦਾ ਵੀ ਲੋਕਤੰਤਰ ਦੇ ਅੰਦਰ ਇੱਕ ਮਜ਼ਬੂਤ ਓਪੋਜੀਸ਼ਨ ਹੋਣਾ ਬਹੁਤ ਜ਼ਰੂਰੀ ਹੈ। ਪਰ ਜਿਸ ਤਰ੍ਹਾਂ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਜਿਹੜੇ ਹੁਣ ਨਹੀਂ ਰਹੇ, ਉਹ ਕਹਿੰਦੇ ਸੀ ਦੀਜ਼ ਆਰ ਐਕਸਟਰਾ ਆਰਡਨਰੀ ਟਾਈਮਸ, ਐਨ ਐਕਸਟਰਾ ਆਰਡਨਰੀ ਮੈਸੇਜ ਹੈਜ਼ ਟੂ ਬੀ ਡਿਲੀਵਰਡ। ਉਹ ਇੱਕ ਆਪਣੇ ਆਪ 'ਚ ਇੱਕ ਬਹੁਤ ਹੀ ਸਟਰੋਂਗ ਮੈਸੇਜ ਲੋਕਾਂ ਨੇ ਭੇਜਿਆ, ਉਹਨੂੰ ਜੇ ਇਗਨੋਰ ਕਰਨਗੇ, ਇਫ ਦਾ ਬੀਜੇਪੀ ਹਾਈ ਕਮਾਂਡ ਇਗਨੋਰਸ ਦਿਸ, ਦੈਨ ਦੇ ਇਗਨੋਰ ਇਟ ਐਟ ਦੇਅਰ ਓਨ ਪੈਰਲ, ਐਟ ਦੇਅਰ ਓਨ ਕੋਸਟ। ਆਹੀ ਹਾਲ ਅਕਾਲੀਆਂ ਦਾ, ਆਹੀ ਹਾਲ ਬੀਜੇਪੀ ਦਾ, ਇਹਨਾਂ ਦਾ, ਆਮ ਆਦਮੀ ਪਾਰਟੀ ਦਾ। ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਵਿਚਰਦੇ ਹੈ, ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਦੀ ਨਕੇਲ ਪਾਉਣਾ ਚਾਹੁੰਦੇ ਆ ਪੰਜਾਬ ਨੂੰ, ਉਹਨਾਂ ਲੋਕਾਂ ਦਾ ਬਿਲਕੁਲ ਸੂਪੜਾ ਸਾਫ਼ ਪੰਜਾਬ 'ਚੋਂ ਕਰ ਦਿੱਤਾ ਗਿਆ। ਮੇਰਾ ਅਭਿਪ੍ਰਾਏ ਆਮ ਆਦਮੀ ਪਾਰਟੀ ਕੰਨੀ ਹੈ, ਅਤੇ ਉਹ ਦਿਨ ਵੀ ਦੂਰ ਨਹੀਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕਿ ਜਿਹੜੇ ਆ ਨੂੰਹ ਮਾਂ ਦਾ ਰਿਸ਼ਤਾ ਦੱਸਦੇ ਸੀਗੇ, ਉਹ ਕਿਤੇ ਫਿਰ ਨੂੰਹ ਅਤੇ ਮਾਂਸ ਵਾਪਸ ਨਾ ਇਕੱਠੇ ਹੋ ਜਾਣ। ਦੇਖਣ ਵਾਲੀ ਗੱਲ ਹੁਣ ਇੰਨੀ ਹੋਊਗੀ, ਕਿਉਂਕਿ ਮੇਰਾ ਮਨ ਹੈ ਦੇਰ ਸਵੇਰ ਆਹ ਜਿਹੜੀ ਹੈ ਬਿੱਲੀ ਪਰਦੇ ਤੋਂ ਬਾਹਰ ਆਊਗੀ। ਅਜੇ ਵੀ ਲੋਕਾਂ ਦੀ ਅੱਖਾਂ 'ਚ ਇਹ ਘੱਟਾ ਪਾ ਰਹੇ ਸੀਗੇ ਵੀ ਅਸੀਂ ਅੱਡ ਹੋ ਗਏ ਹਾਂ, ਪਰ ਸੋਚ ਇੱਕੋ ਹੀ ਹੈ, ਦੋਨੋਂ ਇੱਕ ਵਰਗੇ ਪੰਜਾਬ ਦਾ ਮਾਹੌਲ ਵਿਗਾੜ ਕੇ ਇੱਥੇ ਰਾਜ ਕਰਨ ਦੀ ਜਿਹੜੀ ਆਈਡੀਓਲੋਜੀ ਹੈ ਉਹ ਇਹਨਾਂ ਦੋਨਾਂ ਦੀ ਆਈਡੀਓਲੋਜੀ, ਦੋਨੋਂ ਪਾਰਟੀਜ਼ ਦੀ ਆ ਸੀਗੀ। ਅਤੇ ਦੇਖਣਾ ਸਿਰਫ ਇੰਨਾ ਹੀ ਹੈ ਵੀ ਕੀ ਅਕਾਲੀ ਸਾਰੇ ਇਕੱਠੇ ਹੋ ਕੇ ਜਾ ਕੇ ਮੋਦੀ ਸਾਹਿਬ ਤੋਂ ਮਾਫ਼ੀ ਮੰਗਦੇ ਹੈ, ਜਾਂ ਬੀਜੇਪੀ ਵਾਲੇ ਸਾਰੇ ਇਕੱਠੇ ਹੋ ਕੇ ਹੁਣ ਬਾਦਲ ਸਾਹਿਬ ਤੋਂ ਆ ਕੇ ਮਾਫ਼ੀ ਮੰਗਦੇ ਹੈ। ਪਰ ਆਹ ਦੋਨੋਂ ਜਿਹੜੇ ਹੈ ਆਹ ਇਸ ਤੋਂ ਸਬਕ ਲੈ ਕੇ ਇਕੱਠੇ ਹੋਣਗੇ, ਪਰ ਇਕੱਠੇ ਹੋ ਜਾਣ ਚਾਹੇ ਅੱਡ ਹੋ ਜਾਣ, ਮੇਰਾ ਮੰਨਣਾ ਹੈ ਪੰਜਾਬ ਦੇ ਲੋਕਾਂ ਨੇ ਜਿਹੜਾ ਸਬਕ ਦਿੱਤਾ ਇਸ ਤੋਂ ਬਹੁਤ ਅੱਗੇ ਇੱਕ ਬਹੁਤ ਵੱਡਾ ਡੂੰਘਾ ਫੰਡਾਮੈਂਟਲ ਜਿਹੜਾ ਹੈ ਉਹ ਦਿੱਤਾ ਹੈ ਵੀ ਲੋਕ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨਾ ਚਾਹੁੰਦੇ ਹੈ। ਅੱਜ ਇਲਜ਼ਾਮ ਚਾਹੇ ਕੁਛ ਵੀ ਲੱਗਦੇ ਰਹਿਣ, ਪਰ ਆਪਣੇ ਦਿਲਾਂ 'ਚ ਉਹ ਜਾਣਦੇ ਹੈ ਵੀ ਡਿਊਰਿੰਗ ਦਿਸ ਇਲੈਕਸ਼ਨ ਕੰਪੇਨ ਸਾਰੇ ਇਹਨਾਂ 15 ਦਿਨਾਂ ਦੇ ਅੰਦਰ ਤਿੰਨੋਂ ਪਾਰਟੀਆਂ ਨੇ ਕਿਤੇ ਪੰਜਾਬ ਦੇ ਡਿਵੈਲਪਮੈਂਟ ਦੀ, ਕਿਤੇ ਪੰਜਾਬ ਦੇ ਮੁੱਦਿਆਂ ਦੀ, ਕਿਤੇ ਸ਼ਹਿਰੀ ਮੁੱਦਿਆਂ ਦੀ, ਜਾਂ ਸ਼ਹਿਰ ਦੇ ਅੰਦਰ ਕਿਤੇ ਜਿਹੜੇ ਡਿਵੈਲਪਮੈਂਟ ਦੇ ਮੁੱਦੇ ਆ, ਇੱਕ ਮੁੱਦੇ 'ਤੇ ਇੱਕ ਵਾਰੀ ਜ਼ਬਾਨ ਨਹੀਂ ਖੋਲ੍ਹੀ। ਅਗਰ ਉਹਨਾਂ ਦਾ ਫੋਕਸ ਸੀਗਾ ਨੈਗੇਟਿਵਿਟੀ ਵਾਲਾ ਸੀਗਾ, ਸਿਰਫ ਕੈਪਟਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਜਿਹੜਾ ਉਹਨਾਂ ਨੇ ਆਪਣਾ ਜ਼ਹਿਰ ਉਗਲਿਆ, ਕਾਂਗਰਸ ਪਾਰਟੀ ਦੇ ਪ੍ਰਤੀ ਜ਼ਹਿਰ ਉਗਲਿਆ, ਮੇਰਾ ਮੰਨਣਾ ਹੈ ਜੇ ਕਿਤੇ ਆਮ ਆਦਮੀ ਪਾਰਟੀ, ਅਕਾਲੀ ਦਲ, ਕਿਉਂਕਿ ਬੀਜੇਪੀ ਤਾਂ ਬੋਲ ਨਹੀਂ ਸਕਦੀ, ਜੇ ਇਹ ਦੋਨੋਂ ਮਿਲ ਕੇ ਵੀ ਕਿਤੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਲੋਕਾਂ 'ਚ ਜਾਂਦੇ ਅਤੇ ਆਪਣਾ ਕੋਈ ਏਜੰਡਾ ਰੱਖਦੇ, ਅਗਰ ਖੁਦ ਨਹੀਂ ਸੀ ਜਾ ਸਕਦੇ। ਮੈਂ ਬਾਰ ਬਾਰ ਦੁਹਰਾ ਰਿਹਾ ਇਸ ਗੱਲ ਨੂੰ ਵੀ ਜਿੱਦਣ ਇੱਥੇ ਆਲ ਪਾਰਟੀ ਮੀਟਿੰਗ ਕੈਪਟਨ ਸਾਹਿਬ ਨੇ ਸੱਦੀ ਸੀ, ਉਸੇ ਭਾਵਨਾ ਨੂੰ ਲੈ ਕੇ, ਉਸੇ ਸਪਿਰਿਟ ਨੂੰ ਲੈ ਕੇ ਜਿੱਦਣ ਕਾਂਗਰਸ ਨੇ ਸਾਰੇ ਪੰਜਾਬ 'ਚ ਮਹਿੰਗਾਈ ਦੇ ਖਿਲਾਫ਼, ਵਧੀਆਂ ਗੈਸ ਕੀਮਤਾਂ, ਪੈਟਰੋਲ ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਜਿੱਦਣ ਇੱਥੇ ਪ੍ਰਦਰਸ਼ਨ ਕੀਤਾ ਸੀ, ਨਾਲ ਆ ਕੇ ਆਲ ਪਾਰਟੀ ਫੋਰਮ ਬਣਾ ਕੇ ਕਰਦਾ, ਸ਼ਾਇਦ ਇਹਨਾਂ ਨੂੰ ਕਿਤੇ ਨਾ ਕਿਤੇ ਮੂੰਹ ਲੁਕਾਉਣ ਨੂੰ ਜਗ੍ਹਾ ਮਿਲ ਜਾਂਦੀ। ਪਰ ਇਹਨਾਂ ਨੇ ਜੋ ਬੀਜਿਆ ਉਹ ਕੱਟਿਆ, ਉਹਦੇ ਵਾਸਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਦੂਰਦਰਸ਼ਤਾ ਦਿਖਾਈ ਹੈ, ਅਤੇ ਇਕੱਲਾ ਉਹਨਾਂ ਨੇ ਆਪਣਾ ਵਿਜ਼ਨ ਨਹੀਂ ਦਿਖਾਇਆ, ਉਹਨਾਂ ਨੇ ਆਹ ਗੱਲ ਵੀ ਸਾਬਤ ਕਰਤੀ ਵੀ ਕੱਲਮ ਕੱਲਾ ਜਿਹੜਾ ਲੀਡਰ ਹੈ ਜਿਹਦੇ ਕੋਲ ਵਿਜ਼ਨ ਹੈ ਪੰਜਾਬ ਦਾ, ਇਹ ਕੱਲਮ ਕੱਲੀ ਪਾਰਟੀ ਹੈ ਜਿਹਦੇ ਕੋਲ ਪੰਜਾਬ ਦਾ ਵਿਜ਼ਨ ਹੈ,
सिर्फ कुर्सी विजन नहीं, दीज आर मायोपिक, इन्हों तो सिर्फ कुर्सी दिसदी है। जिन्हां नूं पंजाब दा भविख, पंजाब दी बेहतरी है, वह कैप्टन अमरिंदर सिंह है। उन्हां दी सोच नूं लै के उन्होंने उन्होंने हथ मजबूत किए है। पर इहदे नाल ही मैं बतौर कांग्रेस की जिम्मेवारी जो मैनू सौंपी गई है, उहदे नाल मैं आ भी समझदा भी जिथे कांग्रेस पार्टी नूं एड्डी वड्डी जित प्राप्त हुई है, उत्थे साडी अजे जिम्मेवारी आ भी बनती है भी बहुत सारे कांग्रेस के जिहड़े साडे वर्कर साहिबान सीगे जिन्हां नूं इस इलैक्शन च उतरन का मौका नहीं मिल सकिया, क्योंकि साडे कोल दे वाज़ अ प्रॉब्लम ऑफ प्लेंटी, बहुत सारे काबिल लोग जिहड़े इत्थे कंटेस्ट करना चाहते सीगे, कंटेस्ट किया भी है, रिजल्ट भी सामने आया। पर इहदे अलावा बहुत सारे डिजर्विंग सीगे जिन्हां नूं मौका नहीं मिलिया, दे फील इग्नोर्ड एंड डिसहार्टनड। उन्हां नूं नाल जोड़ना, उन्हां दा हौसला, उन्हां नूं कॉन्फिडेंस उन्हां दा बरकरार करना साडी जिम्मेवारी बनती है, उन्हूं असीं करांगे। बट एट द सेम टाइम जिथे कल ताईं है दूजी पार्टियां कह रही सीगियां दीज आर गोइंग टू बी द सैमी फाइनल्स फॉर द इलैक्शन इन 2022, 2022 का जिहड़ा मेन अखाड़ा लगना वह सैमी फाइनल जिहड़े आ लोग कहिंदे सीगे, अज उन्हां सारयां दी टोन बदल जूगी। बट द फैक्ट एंड द रियलिटी रिमेनस भी इहदे नाल दिस इज़ ए लॉन्चिंग पैड, इहदे नाल एक जिहड़ा अगला इहदे नाल असीं घरे नहीं बह जाणा भी सारा कुछ कांग्रेस दे नाल है हुण कम कर। मेरा मानना है भी आ बहुत वड्डी जिम्मेवारी कांग्रेस पार्टी दे मोढ़िआं ते ते कैप्टन अमरिंदर सिंह दे मोढ़िआं दे उत्ते लोकां ने पाई है। सानू दिन दुगने इहदे नालों तगड़े होकर कम करना पऊगा, लोगों से विचरना पऊगा। पर इहदे नाल नाल जिहड़ी हौसला अफसाई लोगों ने की है उहदे दम ते मैं कहना चाहना भी अज दे दिन तो ही साड़ी मेहनत साडे प्रयास अज तो चालू हो जाएंगे। एंड आई वुड लाइक टू लॉन्च ए कैंपेन कैप्टन फॉर 2022, 2022 दे वास्ते इस जहाज़ का कप्तान, क्योंकि लोगों ने सुनेहा देता भी इस टर्बुलेंट वाटर्स ओनली ही कैन स्टीयर द शिप ऑफ द स्टेट थ्रू दीज टर्बुलेंट टाइम्स, जिहड़े जिस हिसाब नाल पंजाब दे नाल वितकरा किया जा रहा है, उहदे वास्ते कांग्रेस पार्टी का जिहड़ा आ नेतृत्व है इनू इसे तरह ही पंजाब नू अगे लेके जाइए। आ मैं लोगों नू विश्वास दवाना एक बार फिर तो मैं पंजाब दे लोगों दा, पंजाब दे कांग्रेस वर्कर साहिबान दा, ते साडी लीडरशिप दा, सरकार दा, सारयां दा बहुत बहुत आभार व्यक्त करदा भी उन्होंने इन्ने मुश्किल हालात दे अंदर इनस्पाइट ऑफ ऑल द फाइनैंशियल जिहड़ी साडी वित्तीय संकट सीगा उहदे बावजूद शहरां दे अंदर जो काम करवाया है जिन्हों देख के लोगों ने वोटां पाईयां, वो सारे बधाई दे पात्र भी है, तो मैं उन्हां दा धन्यवाद भी करदा। जय हिंद। सब मैं पहला भी बेनती कर चुका वो कुछ कहिंदे रहिण, आई बिलीव उन्हां दा तां ईवन देर जिहड़ा उन्हां दा गढ़ है जिथों उन्हां दे MP बने हुए है संगरूर इलाके च, उन्हां दे कितें अकाउंट ही नहीं खुले। सब जिहड़े उन्हां दे मोस्ट वोकल लीडर है उन्हां दे आप दा जाके तुसीं अगर कॉन्स्टिट्यूएंसी देख लोगे एक सीट भी नहीं आई। सुनाम दा नाम, मैं नाम नहीं लेना चाहता, किसी नूं सिंगल आउट नहीं करना चाहता, पर जिहड़े बंदे सब तो ज़्यादा वोकल रहे हैं सिर्फ बोलन ही बोलन तां ही रखते हैं, लोग कम पालते हैं, लोग विजन देखते हैं साहब, इट इज़ आ जिहड़ी नैगेटिविटी है इहनूं नकारिया है। उन्होंने कितने कोई पॉजिटिव गल की हुई, कितने महंगाई वास्ते आवाज़ चक्की हुई, कितने पंजाब के हकों वास्ते आवाज़ चक्की हुई, उन्होंने उत्ते शायद लोग कोई ना कोई कंसिडर करते, बट दे हैव बीन रिजेक्टेड टोटली। बट इट्स अप टू दैम, जो इहनूं समझते हैं भी हाईजैक किया तो हाईजैक मान लैन, ऐसे वहम से चलते रहेंगे तो नेक्स्ट टाइम मेरे लगता भी ऐतकी जिहड़े जिस पोजीशन से बिल्कुल साफ हो जाएंगे। देखो लोग साढ़े को डिवेलपमेंट एजेंडा है, सब पंजाब का एजेंडा है, पंजाब के हितों की राखी है, चाहे वह साढ़े किसान भरा बैठे है, चाहे साढ़े व्यापारी भरा बैठे है, चाहे पंजाब की इंडस्ट्री है, चाहे पंजाब की खेती है, चाहे साडा नौजवान है, इस बिल्कुल साहब असी आ नहीं बह जाते भी हूँ तो जितया पे 2022 साड़ी चुन रूपरेखा। दिस इज़ अ लॉन्चिंग पैड साहब, दिस हैज़ एनकरेज, दिस विल एम्बोल्डन आर वर्कर्स टू वर्क हार्ड, वी विल गो टू पीपल भी आ साडा विजन है। पंजाब के लोगों ने थोड़े सोच से भरोसा जाहिर किया है, भरोसा उस सोच जाहिर किया है भी आने वाले समय से जिथे ए जिहड़ियां केंद्र वाली पार्टियां जिथे पंजाब नू खेरू खेरू करना चाहती है, टुकड़े टुकड़े गैंग इज दैट सेंट्रल पार्टी जिहड़ी दिल्ली च बैठ के पंजाब नू टुकड़ा टुकड़े धर्म के नाम से जाति के नाम से अर्बन एंड रूरल डिवाइड जिहड़ा करना चाहती है, वो उत्ते भी मैं खास तौर पर साडे शहरी वोटर्स नू उन्हां नू बधाई देना चाहना भी दे हैव शोन देयर सोलीडैरिटी इन अ वे
जिहड़े आ बीजेपी का एजेंडा सीगा भी असीं इन्हां नूं अड पाड़ के कर लाँगे, अर्बन वोट लै लाँगे, आ तां पेंडू जट जिहड़े है इन्हां उत्थे धरना लाई बैठे है। सो दे हैव सेंट ए क्लीयर मैसेज, दे हैव सीन थ्रू दिस गेम प्लैन, उन्हूं रिजेक्ट किया बीजेपी की जिहड़ी गेम प्लैन सी डिवाइड एंड रूल, ਉਹਦੇ ਉੱਤੇ ਉਹਨਾਂ ਨੇ ਇੱਕ ਠੋਕ ਕੇ ਉਹਦਾ ਫਤਵਾ ਜ਼ਾਹਿਰ ਕੀਤਾ। ਜੱਖੀ ਸਾਹਿਬ, ਤੁਸੀਂ ਬੜੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਦੋਹਾਂ ਪਾਰਟੀ ਨੇ ਰਲੀ ਮਿਲੀ ਸਾਜ਼ਿਸ਼ ਦੇ ਤਹਿਤ ਵੱਖ ਹੋਈਆਂ, ਪਰ ਏਜੰਡਾ ਇੱਕੋ ਰਿਹਾ ਕਿ ਪੰਜਾਬ ਵਿੱਚ ਅਸਥਿਰਤਾ ਕਿਵੇਂ ਪੈਦਾ ਕਰਨੀਆਂ। ਕੀ ਆਧਾਰ ਹੈਗਾ ਇਸ? ਬਿਲਕੁਲ ਸਾਹਿਬ, ਬਿਲਕੁਲ ਸਾਹਿਬ, ਮੈਂ ਬਿਨਾਂ ਸੋਚੇ ਸਮਝੇ ਕੋਸ਼ਿਸ਼ ਕਰਦਾ ਵੀ ਗੱਲ ਨਾ ਕਵਾਂ। ਤੁਸੀਂ ਇੱਕ ਦੋਨੋਂ ਪਾਰਟੀਜ਼ ਜਿਹੜੋ ਜਦੋਂ ਇਕੱਠੀਆਂ ਸੀ, ਜਦੋਂ ਨੂੰ ਮਾਸ ਦਾ ਕਹਿੰਦੇ ਸੀ ਵੀ ਨੂੰ ਮਾਸ ਦਾ ਰਿਸ਼ਤਾ, ਬਾਦਲ ਸਾਹਿਬ ਦੇ ਬਿਆਨ ਸੁਣ ਲਓ, ਛੋਟੇ ਬਾਦਲ ਸਾਹਿਬ ਦੇ ਬਿਆਨ ਸੁਣ ਲਓ, ਬੀਜੇਪੀ ਦੀ ਲੀਡਰਸ਼ਿਪ ਦੇ ਬਿਆਨ ਸੁਣ ਲਓ, ਦੋਨਾਂ ਦੇ ਇੱਕੋ ਹੀ ਬਿਆਨ ਹੁੰਦੇ ਸੀ ਆਹ ਜਿਹੜਾ ਸਾਡਾ ਇੱਕਜੁੱਟਤਾ ਹੈ, ਬੀਜੇਪੀ ਅਕਾਲੀ ਇੱਕਜੁੱਟਤਾ ਹੈ, ਪੰਜਾਬ ਦੇ ਅਮਨ ਸ਼ਾਂਤੀ ਵਾਸਤੇ ਜ਼ਰੂਰੀ ਹੈ। ਬਿਕੋਜ਼ ਪੰਜਾਬ ਦੀ ਅਮਨ ਸ਼ਾਂਤੀ ਨੂੰ ਇਹਨਾਂ ਦੋਵਾਂ ਤੋਂ ਖਤਰਾ ਸੀਗਾ। ਜਿਸ ਤਰ੍ਹਾਂ ਉਹ ਫਿਲਮ ਸ਼ੋਲੇ 'ਚ ਕਹਿੰਦੇ ਨਾ, ਗੱਬਰ ਕੇ ਤਾਪ ਸੇ ਤੁਮੇ ਖੁਦ ਗੱਬਰ ਹੀ ਬਚਾ ਸਕਤਾ ਹੈ, ਉਹ ਹੀ ਹਾਲ ਇਹਨਾਂ ਦਾ ਸੀਗਾ। ਨਹੀਂ, ਹੱਸਣ ਦੀ ਗੱਲ ਨਹੀਂ ਸਾਹਿਬ, ਸਾਹਿਬ ਦਿਸ ਇਜ਼ ਅ ਫੈਕਟ। ਇਹ ਲੋਕ ਇਹਨਾਂ ਨੇ ਜਿਹੜੇ ਜ਼ਹਿਰ ਬੀਜੇ ਹੈ, ਫਾਰ ਦੈਮ ਕਿਸਾਨ ਇਜ਼ ਹੈ ਵੋਟ ਬੈਂਕ, ਜਿਹਨੂੰ ਇਹਨਾਂ ਨੇ ਇਹਨਾਂ ਦੇ ਜਿਹੜੇ ਬਾਹਰੋਂ ਆਏ ਹੈ ਬੀਜੇਪੀ ਵਾਲੇ ਜਿਹੜੇ ਇਹਨਾਂ ਦੇ ਇੰਚਾਰਜ, ਉਹਨੇ ਆ ਕੇ ਕਹਿਤਾ ਇਹ ਤਾਂ ਜੱਟ ਸਿੱਖ ਹੈ, ਉਹ ਪਰਸੈਂਟੇਜ ਕੱਢੀ ਬੈਠੇ ਸੀਗੇ, ਇਹਨਾਂ ਦਾ ਤਾਂ ਸਾਡਾ ਕੋਈ ਲੈਣ ਦੇਣਾ ਹੀ ਨਹੀਂ। ਉਹ ਪੰਜਾਬ ਨੂੰ ਖਿੱਤਿਆਂ 'ਚ ਵੋਟ ਬੈਂਕ ਦੇ ਨਜ਼ਰੀਏ ਨਾਲ ਦੇਖਦੇ ਹੈ, ਪੰਜਾਬ ਨੂੰ ਪੰਜਾਬ ਦੇ ਤੌਰ 'ਤੇ ਇੱਕ ਅਣਖੀਲਾ ਸੂਬਾ, ਸਾਡਾ ਹੱਸਦਾ ਖੇਡਦਾ ਰੰਗੀਲਾ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇਖਦੇ ਵੀ ਪੰਜਾਬ ਦੀ ਗੱਲ ਕੌਣ ਕਰ ਰਿਹਾ। ਦੈਟਸ ਵਟ ਵੀ ਆਰ ਡੂਇੰਗ ਸਾਹਿਬ, ਉਹ ਲੋਕ ਕੁਰਸੀ ਦੇਖ ਰਹੇ ਆ, ਅਸੀਂ ਪੰਜਾਬ ਦਾ ਭਵਿੱਖ ਦੇਖ ਰਹੇ ਹਾਂ। ਅੱਛਾ ਜਾਖੜ ਸਾਹਿਬ, ਤੁਸੀਂ ਕਿਹਾ ਨਾ 2022 ਨੂੰ ਲੈ ਕੇ, ਤਾਂ ਮੀਨਸ ਕੈਪਟਨ ਅਮਰਿੰਦਰ ਹੀ ਸੀਐਮ ਦਾ ਫੇਸ ਰਹਿਣਗੇ 2022 ਦੀਆਂ ਚੋਣਾਂ ਲਈ ਵੀ, ਕਿਉਂਕਿ ਉਹਨਾਂ ਦੇ ਫੇਸ ਤੇ ਦੇਖੋ ਲੋਕਾਂ ਨੇ ਆਪਣਾ ਫਤਵਾ ਦੇਤਾ। ਦਿਸ ਇਜ਼ ਬਿਯੋਂਡ ਮਾਈ ਰਿਮਿਟ ਟੂ ਸੇ ਵੀ ਕੌਣ ਹੋਊਗਾ ਕਿ ਨਹੀਂ, ਪਰ ਲੋਕਾਂ ਨੇ ਮੇਰੇ ਖਿਆਲ ਸੁਨੇਹਾ ਬਹੁਤ ਹੀ ਕਲੀਅਰ ਦੇਤਾ ਵੀ ਆਹ ਜਿਹੜੀ ਪ੍ਰੈਜੈਂਟ ਲੀਡਰਸ਼ਿਪ ਹੈ ਜਿਹਨੇ ਐਡਾ ਵੱਡੀ ਆ ਜਿੱਤ ਡਿਲੀਵਰ ਕੀਤੀ ਹੈ। ਸੋ ਆਈ ਥਿੰਕ ਦਾ ਮੈਸੇਜ ਇਜ਼ ਲਾਊਡ ਐਂਡ ਕਲੀਅਰ, ਉਹਦੇ 'ਤੇ ਸੁਨੀਲ ਦੀ ਰਿਕਮੈਂਡੇਸ਼ਨ ਦੀ ਲੋੜ ਨਹੀਂ। ਆਈ ਥਿੰਕ ਦਿਸ ਮੈਸੇਜ ਇਜ਼ ਵੈਰੀ ਕਲੀਅਰ। ਪੰਜਾਬ ਦੇ ਲੋਕਾਂ ਨੇ ਜਿਹੜਾ ਮੈਸੇਜ ਕਹਿ ਨੱਚਾਂ ਮੈਂ ਲੁਧਿਆਣੇ 'ਤੇ ਮੇਰੀ ਧਮਕ ਜਲੰਧਰ ਪੈਂਦੀ, ਆਹ ਧਮਕ ਦਿੱਲੀ ਤਾਂ ਹੀ ਪੈ ਰਹੀ ਹੈ ਸਾਹਿਬ, ਮੋਦੀ ਸਾਹਿਬ ਦੇ ਕੰਨਾਂ ਤਾਂ ਹੀ ਪੈਣੀ, ਬਹੁਤ ਜ਼ਰੂਰੀ ਸੀਗੀ ਜਿਹੜੀ ਪੰਜਾਬ ਦੇ ਲੋਕਾਂ ਨੇ ਡਿਲੀਵਰ ਕੀਤਾ ਲੋਕਤਾਂਤਰਿਕ ਤਰੀਕੇ ਨਾਲ। ਹੁਣ ਪੰਜਾਬ ਨੂੰ ਆਹ ਨਹੀਂ ਕਹਿ ਸਕਦੇ ਵੀ ਆਹ ਖਾਲਿਸਤਾਨੀ ਬੈਠੇ ਹੈ, ਦੇਸ਼ ਦਰੋਹੀ ਹੈ। ਨਹੀਂ, ਅਸੀਂ ਜਿਹੜੀ ਤਾਕਤ ਸਾਨੂੰ ਲੈ ਕੇ ਦਿੱਤੀ ਹੈ ਵੋਟ ਦੀ, ਸ਼ਹੀਦ ਭਗਤ ਸਿੰਘ ਨੇ, ਲਾਲਾ ਲਾਜਪਤ ਰਾਏ ਨੇ, ਉਹਦਾ ਇਸਤੇਮਾਲ ਕੀਤਾ। ਸਰ, ਮੇਰਾ ਇੱਕ ਸਵਾਲ ਹੈ ਜੀ, ਬਰਦਾ ਸਾਹਿਬ, 39 ਲੱਖ ਵੋਟਾਂ ਇਹ ਕਾਰਪੋਰੇਸ਼ਨ ਔਰ ਮਿਊਨਸਪੈਲਿਟੀ ਦੀਆਂ, ਟੋਟਲ ਵੋਟਾਂ ਜਿਹੜੀਆਂ ਪੰਜਾਬ ਦੀਆਂ 2 ਕਰੋੜ 10 ਲੱਖ, ਇਹ ਬਣਦਾ 34%। ਇਹ 34% ਦੇ ਵਿੱਚ ਇਲੈਕਸ਼ਨ ਹੋਈ ਹੈ, ਜਿਹੜੀ ਬਾਕੀ 66% ਹੈ ਉਹ ਅਜੇ ਬਾਹਰ ਹੈ, ਉਹਦੇ ਬਾਰੇ ਕੀ ਅੰਦਾਜ਼ਾ ਹੋਇਆ? ਹੁਣ ਮੈਂ ਨਾ ਮੰਨਣ ਵਾਲੀ ਗੱਲ, ਅਕਾਲੀ ਚਾਹੇ ਬੀਜੇਪੀ ਕਰਦੀ ਰਹੇ, ਉਹਨਾਂ ਲੋਕਾਂ ਨੇ ਤਾਂ ਪਹਿਲਾਂ ਦੇਤਾ ਸੀ ਜਦੋਂ ਪੰਚਾਇਤਾਂ ਦੇ ਇਲੈਕਸ਼ਨ ਹੋਏ ਆ ਸਾਹਿਬ, ਜ਼ਿਲ੍ਹਾ ਪਰਿਸ਼ਦ ਦੇ, ਪੰਚਾਇਤਾਂ ਦੇ, ਕਿੰਨੇ ਕੁ ਵਾਰੀ ਕਰਾਓਗੇ? ਇੱਕ ਵੀ ਬਾਈ ਇਲੈਕਸ਼ਨ, ਤੁਸੀਂ ਚਾਹੇ ਕੋਈ ਵੀ ਬਾਈ ਇਲੈਕਸ਼ਨ ਹੈ, ਤੁਸੀਂ ਦੇਖੋ ਨਤੀਜੇ ਤਾਂ ਦੇਖੋ। ਬਾਰ ਬਾਰ ਉਹਨਾਂ ਨੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਅੰਦਰ, ਕੈਪਟਨ ਸਾਹਿਬ ਦੇ ਅੰਦਰ, ਜਿਹੜੀ ਵੀ ਇਲੈਕਸ਼ਨ ਕਿੱਥੇ ਵੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਹੈ ਬਿਲਕੁਲ ਕਲੀਅਰ ਦਿੱਤਾ ਸਾਹਿਬ। ਉਹਦੇ ਬਾਅਦ ਅਗਰ ਕੋਈ ਅੱਖਾਂ ਮੀਚੀ ਬੈਠਾ ਹੈ ਵੀ ਨਹੀਂ ਜੀ ਧੱਕਾ ਹੋ ਗਿਆ ਜੀ, ਹਾਈਜੈਕ ਹੋ ਗਿਆ ਜੀ, ਹਾਈਜੈਕ ਤਾਂ ਤੁਹਾਡੀ ਅਕਲ ਕਰ ਲਈ, ਦਿੱਲੀ ਵਾਲਿਆਂ ਨੇ ਬੈਠੇ ਨੇ, ਜਿਹੜੇ ਸਾਡੀ ਰੀਜਨਲ ਪਾਰਟੀਆਂ ਤੁਰੀ ਫਿਰਦੀ ਹੈ, ਦੇ ਹੈਵ ਮੋਰਟਗੇਜ ਦੇਅਰ ਸੋਲ, ਦੇ ਹੈਵ ਮੋਰਟਗੇਜ ਦੇਅਰ ਵੋਇਸ। ਪੰਜਾਬ ਵਾਸਤੇ ਆਵਾਜ਼ ਉੱਠਣੀ ਚਾਹੀਦੀ ਸੀ ਇਹਨਾਂ ਦੀ, ਅਕਾਲੀਆਂ ਦੀ, ਉਹ ਆਵਾਜ਼ ਲਾਈ ਜਾਂਦੇ ਹੈ। ਇੱਕ ਵਾਰੀ ਉਹਨਾਂ ਨੇ ਨਿੰਦਿਆ ਨਹੀਂ ਵੀ ਆਹ ਜਿਹੜਾ ਕਿਸਾਨਾਂ ਨਾਲ ਮੋਦੀ ਸਾਹਿਬ ਨੇ ਕੀਤਾ ਮਾੜਾ ਕੀਤਾ। ਇੱਕ ਵਾਰੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਨਹੀਂ ਕਿਹਾ ਵੀ ਰੋਜ਼ ਡੀਜ਼ਲ ਦੀ, ਪੈਟਰੋਲ ਦੀ ਅਤੇ ਗੈਸ ਦੀਆਂ ਕੀਮਤਾਂ ਵਧਾ ਦਿੰਦੇ ਹੈ, ਮੋਦੀ ਸਾਹਿਬ ਨੇ ਮਾੜਾ ਕੀਤਾ। ਕਿਹਨੇ ਮਾੜਾ ਕੀਤਾ? ਕੈਪਟਨ ਅਮਰਿੰਦਰ ਸਿੰਘ ਨੇ ਸਾਹਿਬ। ਫਿਰ ਉਹਦਾ ਨਤੀਜਾ ਤਾਂ ਲੋਕਾਂ ਨੇ ਦੇਤਾ ਵੀ ਘਰੇ ਬਹਿ ਜਾਓ, ਜਿਹੜਾ ਬੰਦਾ ਪੰਜਾਬ ਵਾਸਤੇ ਲੜਾਈ ਲੜ ਰਿਹਾ ਤੁਸੀਂ ਲੱਤਾਂ ਖਿੱਚੀ ਜਾਂਦੇ ਹੋ। ਸੋ ਦੇ ਟੋਲ ਬਿਨ ਟੋਲ ਦੇਅਰ ਪਲੇਸ। ਵੀ ਆਰ ਦਾ ਸਿੰਗਲ ਲਾਰਜੈਸਟ ਪਾਰਟੀ ਇਨ ਮੋਗਾ ਸਾਹਿਬ, ਅਤੇ ਉਹ ਵੀ ਜਿਹੜੇ ਆ, ਮੈਂ ਜਿਹੜੀ ਗੱਲ ਤੁਹਾਨੂੰ ਕੀਤੀ ਹੈ ਵੀ ਸਾਡੇ 'ਚੋਂ ਜਿਹੜੇ ਲੋਕਾਂ ਨੂੰ ਅਸੀਂ ਨਹੀਂ ਅਕੋਮੋਡੇਟ ਕਰ ਸਕੇ ਸੀਗੇ, ਉਹ ਲੋਕ ਇੰਡੀਪੈਂਡੈਂਟ ਲੜੇ ਸੀਗੇ। ਸੋ ਵੀ ਆਰ ਕੌਨਫੀਡੈਂਟ ਦ ਦੇ ਵਿਲ, ਲੋਕ ਕਹਿੰਦੇ ਨੇ ਦੇਰ ਸਵੇਰ ਉਹ ਘਰੇ ਵਾਪਸ ਆਉਣ ਗਏ, ਸਾਡੇ 'ਚੋਂ ਕਾਂਗਰਸ ਦੇ ਸਭ ਜਿਹੜੇ ਗਏ ਹੈ, ਉਸ 'ਚੋਂ ਕੋਈ ਲੁਕ ਛਿਪ ਨਹੀਂ। ਮੈਂ ਤਾਂ ਪਹਿਲਾਂ ਹੀ, ਈਵਨ ਬਿਫੋਰ ਯੂ ਰੇਜ਼ ਦਿਸ ਕੁਐਸਚਨ, ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਸਾਡੇ ਤੋਂ ਬਹੁਤ ਸਾਰੇ ਲੋਕ ਨਾਰਾਜ਼ ਹੋ ਗਏ, ਕੁਛ ਘਰੇ ਬਹਿ ਗਏ, ਕੁਛ ਨੇ ਖੁੱਲ੍ਹ ਕੇ ਮਦਦ ਨਹੀਂ ਕੀਤੀ ਵੀ ਜਾ ਕੇ ਵੋਟ ਪਾ ਜਾਵਾਂਗੇ, ਕੁਝ ਲੋਕ ਜਿਹੜੇ ਮੈਦਾਨ 'ਚ ਉੱਧਰ ਉਤਰ ਗਏ। ਇਟ ਵਾਜ਼ ਨੋਟ ਪੋਸੀਬਲ ਟੂ ਅਕੋਮੋਡੇਟ।
देखो इस तरह का असं छे हारे भी हाँ सब लोगों का देखो इट हैज़ बिन ए फेयर टोटली फेयर इलेक्शन नहीं तो अज मैं हुशियारपुर गल कर रहा सी बहुत सारी सीटा दस दस पंद्रह असी आपदे वोट के अंदर एक सीट जी हारे पंजाब चो वह दस वोटों ना आ रहे हैं इट हैज़ बिन टोटली फेयर एंड ट्रांसपेरेंट इलेक्शन तो यू अगर कोई नहीं समझना चाहता अखा मीच के रखन इट्स देयर उन्हां दी चॉइस है बीजेपी अकालियां दी कुछ कहंदे रहन एक सवाल है बड़ा सिंपल सा जी सर 2015 में जब इलेक्शन हुए थे सेम बातें कि पार्टी की नीतियों को वो मिला बादल साहब को मिला सुखबीर बादल कर रहे थे और तब कांग्रेस यही चीज आरोप लगा रही थी कि जैसे हाईजैक किया आज कांग्रेस की रूलिंग पार्टी है और सेम बातें कि हमारी पार्टी को हमारे सीएम की नीतियों को फतवा मतलब ये क्या थ्योरी है कि जिसकी रूलिंग पार्टी है स्टेट में वही पार्टी एमसी में जीतती है। देखिए साहब ये फार्मूला इस इलेक्शन के ऊपर नहीं लग सकता कैलाश जी क्योंकि जब सत्ताधारी पार्टी अगर ये इलेक्शन 2017 में हुए होते 18 में हुए होते तो आप कह सकते थे भी अभी बाकी चार साल पड़े हैं लोग सत्ता पार्टी की तरफ देख रहे हैं। अब लोगों ने पिछले चार साल के अंदर काम देखा है साहब इलेक्शन तो जुमा जुमा आप जैसे खुद अकाली कहते हैं 6 महीने बाद तो सब कुछ ही साढ़े नौ अफसर सुन लग जाएंगे ये तो 6 महीनों के लिए कोई अपना चॉइस नहीं करता 5 साल 4 साल के लिए तो हो सकता है इस बात पे वोट पड़ जाता भी अभी सरकार है इन्होंने कम लवेंगे हूँ तो लोग तैयार बैठे हैं साहब दैट्स व्हाई आई सेड अदरवाइज मैं अपने आप ये यकीन करता हूँ ये हरेक इलेक्शन जो है चाहे गाँव का पंचायत का इलेक्शन है चाहे वो म्यूनसिपल इलेक्शन है चाहे वो स्टेट और सेंटर का है अलग अलग मुद्दे होते हैं साहब देर आर सर्टन फैक्टर्स विच आर कॉमन बट अंडरलाइंग मैसेज जो होता है वो और होता है। इसमें अंडरलाइंग मैसेज था आज के प्रेजेंट हालात के अंदर चलते हुए आज पंजाब किधर जा रहा है क्योंकि इनकी कोशिश थी बीजेपी वालों की कि यहाँ पर अफरा तफरी का माहौल करके बांटो इनको डिवाइड एंड रूल। उसमें जिन लोगों ने वो काले दिन देखे हैं वो समझते थे कि हम शहरियों को बसने कोई नहीं देगा शहरी मैं कहता हूँ क्या गांव वाले क्या शहरी अपने बसने के लिए उन लोगों ने कांग्रेस के अंदर कैप्टन अमरिंदर सिंह की लीडर के अंदर अपना विश्वास जताया। जी सर देखो साहब मैं आज के दिन पंजाब के इलेक्शन को अबोर के इलेक्शन में सीमित ना करो आप मेयर कौन बनेगा नहीं बनेगा अगर आप सबसे बड़ी जीत की बात करते हैं तो गुरदासपुर को आप भूल गए 29 सीटों में से 29 की 29 आई है साहब वो भी मेरा हल्का है। मैं समझता हूं कि आज के दिन अगर आप कपूरथला देख लो वहां पे भी एक तरफ है बठिंडा कॉरपोरेशन जो आज तक जब से वहां पे बनी है 50 सालों से कभी कांग्रेस की वहां पे नहीं बनी है वहां पे भी मैं समझता हूं ये मुद्दे गौण हो जाते हैं साहब आज लोगों का किसी मेयर की तरफ नहीं आज लोग पंजाब देख रहे हैं पंजाब के मुख्यमंत्री की तरफ देख रहे हैं आप वो बात करिए कि आने वाला मुख्यमंत्री 2022 में कौन बनेगा। देखो उन्होंने लोगों ने वो लोग उदित करेंगे इट इज़ बिन अफेयर अगर जो कहते भी धक्का होया वह जलालाबाद गिनाएंगे मजीठा नहीं गिनाना उन्होंने जलालाबाद के अंदर अगर तुम आंकड़े कट के देखोगे सारी डिटेल आ जाएगी मोर दैन 70% वोट्स हैव गॉन टू कांग्रेस जिथे कैंप लाई बैठी सी सारी लीडरशिप इन्हों की छोटे बादल साहब सारा कुछ हमला तमला लैके बैठे से नॉट ओनली जलालाबाद फाजिलका डिस्ट्रिक्ट जिहड़ा उत्थे जाके उन्होंने कैंप किया चार दिन चारों दे हैव बिन टोटली वाइप्ड आउट फाजिलका हो गया आर्नी वाला हो गया अबोर हो गया जलालाबाद हो गया टोटली वाइप्ड आउट सो की मैसेज जाता है सो दिस मैसेज हैज बिन क्लीयर। साडी प्रिंसीपल अपोजिशन है पंजाब के खिलाफ माड़ी सोच उस सोच का मेन जिहड़ा करैक्टर है वह है बीजेपी तो बीजेपी के नाल जिहड़ी बांह फड़ी फिरदे है जिहड़े नूह मास दा रिश्ते वाले आ फिर जुड़नगे साडी लड़ाई उस सोच के प्रति है भी जिहड़ा फैडरल ढांचे के अंदर सानू पंजाब नू एक पासे निखेड़ के सानू मारन का जिहड़ा प्रयास हो रहा है असी उहदी ठोक के उहदे खिलाफ साडा स्टैंड क्लीयर है तो लोग उहनू समझदे है उहदे हक च उन्होंने साडे स्टैंड के हक च लोगों ने वोटां पाईआं सी। थैंक यू सर। आई वुड से दिस इज़ कोई सुनील का इलेक्शन नहीं साहब आ पंजाब का इलेक्शन सीगा मेरा एक ही मन है बारी बारी उन्होंने लै आनो तुम 17 वाले 19 वाले आप भुल जाने विचाले
17 च लोगों ने मैंने गुरदासपुर जिता के भेजे से मेरे तक कोई कसक नहीं मैं तो आई हैव गॉट मोर दैन वट आई डिजर्व पर मैं पंजाब के लोगों का इस गल का आभारी हाँ भी उन्होंने पछाण लिया कहें ठोकर तो खाधी पर संभल के एक जड़ा एग्जाम्पल मैं इतने देना चाहूँगा तुम क्योंकि गुरदासपुर की गल कर ली उतों बीजेपी के बड़े किसान का बेटा जिता के भेजा कहना हमें पराए शोलों का डर नहीं है मैं डर तो आतिशे गुल से है कहीं ये चमन को जला ना दे किसानी की लड़ाई एड्डी वड्डी वीड़ी पई है हिंदुस्तान के अंदर तो किसान का बेटा खड़ा हो के किसान नू मारन वाले नाल खड़ा है मैं उदो भी कहा सीगा जो इलैक्शन आए है दियोल साहब मैं क्या सनी जी क्यों लोगों तंग करते हैं नवे आए हो तुम पिंडों पिंड बंबई रहने वाले हो खराब होते फिरोंगे तूड़ फकते फिरोंगे आप दो तीन या हरेक हल्के जाके एक डिबेट कर लें थोड़े विचार पता लग जा मैं अपनी गल कह दिया लोग फैसला कर लैन भज के कहते नहीं मैं नहीं बात करूँगा उ हालात अज फिर बने बैठे है मैं कह रहा अश्विनी शर्मा जी ने बार बार भी क्यों तंग हो रहे हो तुम डरते फिरते हो भी लोग सानू बोलन नहीं देंगे मैं आई विल प्रोवाइड ऑल द प्रोटैक्शन दैट यू नीड मेरे उत्तों भी हो के थोड़े को पत्थर लगेगा अगर कोई लगता है तो आओ आप लुधियाने एग्रीकल्चर यूनिवर्सिटी से बैठ के तुम अपनी गल दस दौ भजे जाते हैं बिकॉज दोनों ने मन से खोट सगा वो मन से खोट सगा वो भज गया अश्विनी शर्मा जी ने पता ही नहीं भी आ मसला की है वो तो रटी रटाई गल उतो जोड़ा आ गया वो बोल देंगे आई डोंट इवन थिंक दैट ही रियलाइज इज द वट टू टॉक अबाउट द मैगनीट्यूड ऑफ दिस इशू उन्हों ए भी सीधा नहीं पता सो लेट हिम कॉल समबडी तोमर साहब ने बुला लैन कोई होर उन्होंने फने खाए उन्होंने बुला लैन उत्थे गल करिए मैं अजे भी संवाद से यकीन करदा डायलॉग दे विच हज़ार करोड़ की नवी पार्लीमेंट बनाने की लोड़ नहीं असं तो खुले मैदान से रड़े मैदान से बैठ के डिस्कस कर लाँगे अगर जो मन की बात सुनानी है फिर सुनाई जाओ मोदी साहब बोली जाते लोग सुनी जाते पंजाब नहीं सुनूगा साहब पंजाब वॉन्ट्स देयर वॉइस टू बी हर्ड एंड दे हैव सेंट अ मैसेज मैं इस गल की खुशी है भी उन्होंने अनएम्बिगुअस कोई किंतु परंतु कुछ भी नहीं छड़ी आ ठोक के मारे आ लो जी संभाल लो तो हूँ जाओ तुम जाओ तो अगे ए नतीजे इन्हों 2022 भी देखने पैणगे बीजेपी ने सर थैंक यू।